Like the video, subscribe to the channel and press the bell icon for latest video update. ਕੁਰਬਾਨੀ ਵਾਲੇ ਸਿੱਖਾਂ ਨੇ ਮੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਸੀ। ਹਾਂਜੀ, ਉਹ ਕੁਰਬਾਨੀ ਵਾਲੇ ਇੱਕ ਪਾਸੇ ਹੋ ਗਏ। ਹਾਂਜੀ, ਉਹ ਸਿੱਖ ਗੁਰਦੁਆਰਿਆਂ ਤੇ ਕਾਬਜ਼ ਹੋ ਗਏ ਜਿਹੜੇ ਸਿੱਖਾਂ ਨੇ ਪਿੱਠ ਗੁਰੂ ਵੱਲ ਕਰ ਲਈ ਤੇ ਮੂੰਹ ਗੁਰੂ ਕੋਲਕ ਵਾਲੇ ਪਾਸੇ ਕਰ ਲਿਆ। ਡਾਕਟਰ ਰੂਪ ਸਿੰਘ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਸ ਸਿੱਖੇ ਨੂੰ ਮੈਂ ਪੜ੍ਹਿਆ ਹੈ। ਉਹਨਾਂ ਨੇ ਬਿਲਕੁਲ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਸ ਚੇਤਾਵਨੀ ਦੇ ਵਿੱਚੋਂ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ ਲੌਂਗੋਵਾਲ ਇਹ ਸਾਰੇ ਕਸੂਰਵਾਰ ਨੇ, ਇਹ ਲੋਕ ਦੋਸ਼ੀ ਨੇ। ਇਹ ਹੁਣ ਪ੍ਰੈਸ਼ਰ ਪਾਉਣਗੇ, ਆਪਣਾ ਪੋਲੀਟੀਕਲ ਪ੍ਰਭਾਵ ਵੀ ਪਾਉਣਗੇ। ਇਹਨਾਂ ਦੇ ਵਿੱਚ ਪੰਥਕਵਾਦ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਇਹ ਹਮੇਸ਼ਾ ਹੀ ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਇਹ ਗੁੰਮਰਾਹ ਕਰਦੇ ਆਏ ਨੇ। ਇਹ ਬਾਦਲਾਂ ਦਾ ਕਬਜ਼ਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਉਹਨਾਂ ਦੇ ਸਾਥੀਆਂ ਦਾ, ਇਹ ਸਾਰੇ ਲੁਟੇਰਿਆਂ ਦਾ ਕੰਮ ਕਰਦੇ ਨੇ। ਗੁਰੂ ਦਾ ਇਹਨਾਂ ਦੇ ਮਨ ਵਿੱਚ ਕੋਈ ਭੈ ਨਹੀਂ ਹੈਗਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈਗਾ, ਸ਼੍ਰੋਮਣੀ ਕਮੇਟੀ ਦੇ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਿਸਿੰਗ ਹੈ। ਵੈਸੇ ਤੇ ਜਥੇਦਾਰ ਸਾਹਿਬ ਇਨਕੁਆਰੀ ਕਰਾਈ, ਉਹ ਬਾਅਦ ਵਿੱਚ ਕੀਤੀ ਦੇ ਤੇ ਉਹਨਾਂ ਦੀ ਸਚਿਵ ਨੇ 10-11 ਚ ਜਿਹੜੇ ਰਿਸਪੋਂਸੀਬਲ ਆਫਿਸਰ ਸੀ ਉਹਨਾਂ ਤੇ ਕਾਰਵਾਈ ਕੀਤੀ, ਪਰ ਉਹ ਉਹਦੇ ਬਾਅਦ ਕੀਤੀ ਨਹੀਂ ਚਾਹੀਦੀ। ਮਸਲਾ ਕੀ ਹੈਗਾ, ਇਹਦੇ ਤੇ ਹੋਰ ਕੀ ਕੁਛ ਹੋਣਾ ਚਾਹੀਦਾ, ਇਸ ਸੰਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਆਨਲਾਈਨ ਜੁੜੇ ਨੇ ਅੰਮ੍ਰਿਤਸਰ ਤੋਂ ਇੰਦਰਜੀਤ ਸਿੰਘ ਬਾਸਰਕੇ, ਜੋ ਕਿ ਸੀਨੀਅਰ ਕਾਂਗਰਸ ਲੀਡਰ ਹੈਗੇ ਆ। ਬਾਸਰਕੇ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਇਹ ਜਿਹੜੇ 328 ਸਰੂਪ ਮਿਸਿੰਗ ਹੋਏ ਹੈਗੇ ਆ, ਇਨਕੁਆਇਰੀ ਤੋਂ ਬਾਅਦ ਨਹੀਂ ਪਤਾ ਲੱਗਾ, ਪਹਿਲਾਂ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਦੋਂ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਤੇ ਮਹੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਕੁਰਬਾਨੀ ਵਾਲੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ ਸਰਕਾਰ ਨਾਲ ਜਿੱਥੇ ਟੱਕਰ ਲਈ ਉੱਥੇ ਮਹੰਤਾਂ ਦੇ ਕੋਲੋਂ ਗੁਰਦੁਆਰੇ ਵੀ ਆਜ਼ਾਦ ਕਰਵਾਏ। ਮੈਨੂੰ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਆ ਕਿ ਜਿਹੜੇ ਕੁਰਬਾਨੀ ਵਾਲੇ ਸਿੱਖਾਂ ਨੇ ਮੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਸੀ, ਉਹ ਕੁਰਬਾਨੀ ਵਾਲੇ ਇੱਕ ਪਾਸੇ ਹੋ ਗਏ, ਉਹ ਸਿੱਖ ਗੁਰਦੁਆਰਿਆਂ ਤੇ ਕਾਬਜ਼ ਹੋ ਗਏ ਜਿਹੜੇ ਸਿੱਖਾਂ ਨੇ ਪਿੱਠ ਗੁਰੂ ਵੱਲ ਕਰ ਲਈ ਤੇ ਮੂੰਹ ਗੁਰੂ ਕੋਲਕ ਵਾਲੇ ਪਾਸੇ ਕਰ ਲਿਆ। ਉਹਨਾਂ ਕਾਬਜ਼ ਲੋਕਾਂ ਨੇ ਗੁਰਦੁਆਰਾ ਸਾਹਿਬਾਨਾਂ ਨੂੰ ਭ੍ਰਿਸ਼ਟਾਚਾਰ ਦੇ ਅੱਡੇ ਬਣਾ ਦਿੱਤਾ। ਹਾਂਜੀ, ਮੈਂ ਇਹ ਗੱਲ ਕਹਿੰਦੀ ਆ, ਸ਼ਰਮ ਮਹਿਸੂਸ ਹੋ ਰਹੀ ਆ ਕਿ ਸਿੱਖ ਧਰਮ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਧਰਮ ਮੰਨਿਆ ਗਿਆ, ਲੇਕਿਨ ਇਹਨਾਂ ਲੋਕਾਂ ਨੇ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਕੀਤੀਆਂ ਉਹਨਾਂ ਨੇ ਸਿੱਖਾਂ ਨੂੰ ਫਿਰ ਨੀਵਾਂ ਕਰ ਦਿੱਤਾ। ਇੱਥੇ ਹੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹੜੇ 328 ਸਰੂਪ ਗਾਇਬ ਹੋਏ ਸੀ ਜਾਂ ਇਹਨਾਂ ਨੇ ਵੇਚ ਦਿੱਤੇ ਸੀ, ਜਦੋਂ ਉਹਨਾਂ ਦੇ ਬਾਰੇ ਗੱਲ ਨੰਗੀ ਹੋਈ, ਰੌਲਾ ਪਿਆ, ਤਾਂ ਪਹਿਲਾਂ ਤੇ ਜਿਹੜੇ ਅਖੌਤੀ ਸਿੱਖ ਲੀਡਰ ਸੀ ਜਿਹੜੇ ਸਿੱਖਾਂ ਦੇ ਧਰਮ ਦੇ ਠੇਕੇਦਾਰ ਬਣੇ ਸੀ, ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਲਾਵਾ ਸਿੱਖਾਂ ਦਾ ਫੁੱਟਿਆ ਤਾਂ ਫਿਰ ਇਹਨਾਂ ਨੇ ਆਪਣੇ ਵੱਡੇ ਰੁਤਬੇ ਵਾਲਿਆਂ ਨੂੰ ਬਚਾਉਣ ਦੀ ਖਾਤਰ ਇਹਨਾਂ ਨੇ ਛੋਟੇ ਬੰਦਿਆਂ ਨੂੰ ਦਾਅ ਤੇ ਲਾ ਦਿੱਤਾ, ਉਹਨਾਂ ਨੂੰ ਨੌਕਰੀਆਂ ਤੋਂ ਡਿਸਮਿਸ ਕਰ ਦਿੱਤਾ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਜਿਹੜਾ ਕਿ ਉਸ ਸਮੇਂ ਵਿਦੇਸ਼ ਗਿਆ ਹੋਇਆ ਸੀ, ਉਸਨੇ ਵੀ ਇਸ ਦੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਤੇ ਵੀ ਜਦੋਂ ਐਲੀਗੇਸ਼ਨ ਲਾਇਆ ਤੇ ਉਹਨਾਂ ਨੇ ਕਿਹਾ, ਡਾਕਟਰ ਰੂਪ ਸਿੰਘ ਨੇ
अखौती सिख लीडरशिप नूं चैलेंज कीता कि मेरे खिलाफ कार्रवाई करो, मैं अगले पर्दे खोलांगा कि उन्हां दे विच असीं दोषी नहीं, असल दोषी है कौन ने। ते जिस दिन दा रूप सिंह ने यह गल कही है, अखौती लीडरशिप का कोई भी लीडर बोलिया तक नहीं अज तक। हाँ जी हाँ जी, बस्तर के साहब ये पूछना चाहते हैं, एडा वड्डा एहो मतलब इंसीडेंस हैगा, चलो इन्होंने जिहड़े आफिसर हैगे आ उन्हां नूं तां विक्टिमाइज कर दिता। रूप सिंह नाल मेरी भी गल हुई सी, उह कहिंदा जी वी मैं नैतिकता दे आधार ते मतलब जबरदस्ती उहनूं कहा होणा तूं अस्तीफा दे, उहनूं देणा पिया हैगा। पर इहदे ते उपर एसजीपीसी दा प्रधान हैगे जिहड़े श्रोमणी अकाली दल दी लीडरशिप आ, उह तुहाडे हिसाब नाल बयानबाजी क्यों नहीं करदी हैगी आ? ਐਡਾ ਸੀਰੀਅਸ ਮੁੱਦਾ ਹੈਗਾ, ਇਹ ਬਿਆਨਬਾਜ਼ੀ ਕਿਉਂ ਨਹੀਂ ਕਰਦੀ ਹੈਗੀ ਜਾਂ ਸੁਖਵੀਰ ਸਿੰਘ ਬਾਦਲ ਵਗੈਰਾ? ਭਾਰਤ ਸਾਹਿਬ, ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੁਲਾਜ਼ਮ ਦੋਸ਼ੀ ਨਹੀਂ। ਜੇ ਦੋਸ਼ੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੋਸ਼ੀ ਹੈ। ਜੇ ਦੋਸ਼ੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ੀ ਏ, ਜਿਨ੍ਹਾਂ ਦੇ ਹੁਕਮ ਤੋਂ ਬਗੈਰ ਕੋਈ ਪਤਾ ਤੱਕ ਨਹੀਂ ਸ਼੍ਰੋਮਣੀ ਕਮੇਟੀ ਚ ਹਿਲਦਾ। ਅਸਲ ਦੋਸ਼ੀ ਇਹ ਨੇ ਆਪਣੇ ਆਪ ਨੂੰ ਛੁਪਾਉਣ ਦੀ ਖਾਤਰ ਇਹਨਾਂ ਛੋਟੇ ਬੰਦਿਆਂ ਦੀ ਬਲੀ ਲੈ ਲਈ, ਆਪਣੇ ਆਪ ਨੂੰ ਬਚਾ ਲਿਆ, ਲੇਕਿਨ ਇਹ ਬਚਣਗੇ ਨਹੀਂ। ਇਹ ਮੈਂ ਅੱਜ ਹੀ ਪੱਤਰ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਇਸ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਘਪਲੇ ਹੁੰਦੇ ਨੇ, ਇਹ ਸਾਰਾ ਕੁਛ ਗੁਰੂ ਦਾ ਗੋਲਕ ਦਾ ਲੁੱਟ ਕੇ ਆਪਣੇ ਘਰਾਂ ਨੂੰ ਲਈ ਜਾਂਦੇ ਨੇ। ਉਹਨਾਂ ਦੇ ਇਨਕੁਆਰੀ ਵਾਸਤੇ, ਸਿੱਖ ਕੌਮ ਦੀ ਸੰਤੁਸ਼ਟੀ ਵਾਸਤੇ ਪੰਜਾਬ ਸਰਕਾਰ ਹਾਈ ਕੋਰਟ ਦੇ ਸਿਟਿੰਗ ਜੱਜ ਦੇ ਕੋਲੋਂ ਇਹਦੀ ਜਾਂਚ ਕਰਵਾਵੇ, ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਇਹਨਾਂ ਲੋਕਾਂ ਨੂੰ, ਕਸੂਰਵਾਰਾਂ ਨੂੰ ਜ਼ਰੂਰ ਜਿੱਥੇ ਦੁਨਿਆਵੀ ਅਦਾਲਤ ਸਜ਼ਾ ਦੇਵੇਗੀ, ਉੱਥੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਵੇਗਾ। ਹਾਂਜੀ ਹਾਂਜੀ, ਇਹਨਾਂ ਨੇ ਕੋਈ ਇੱਕ ਕਪੜਾ ਨਹੀਂ ਕੀਤਾ, ਇਹਨਾਂ ਨੇ ਬਹੁਤ ਸਾਰੇ ਕੀਤੇ ਨੇ। ਪਿੱਛੇ ਜੇ ਜਦੋਂ ਬੀਤੇ ਸਮੇਂ ਦੇ ਦੌਰਾਨ ਕੋਰੋਨਾ ਵਾਇਰਸ ਚੱਲਿਆ ਸੀ, ਪੰਜਾਬ ਦੇ ਵਿੱਚ ਕਰਫਿਊ ਲੱਗਿਆ ਸੀ, ਕੋਈ ਸੰਗਤ ਦਾ ਗੁਰੂ ਘਰ ਮੱਥਾ ਟੇਕ ਕੇ ਨਹੀਂ ਜਾਂਦਾ ਸੀ। ਉਸ ਵੇਲੇ ਖਾਲਸੇ ਦੇ ਜਨਮ ਅਸਥਾਨ ਤੇ ਕੇਸਗੜ੍ਹ ਸਾਹਿਬ ਵਿਖੇ ਉੱਥੋਂ ਦੇ ਪ੍ਰਬੰਧਕਾਂ ਨੇ ਵੱਡੇ ਜਿਹੜੇ ਧਾਰਮਿਕ ਪਦਵੀਆਂ ਤੇ ਬੈਠੇ ਸੀ, ਜਿਹੜੇ ਅਸਲ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦੇ ਹੁਕਮ ਅਨੁਸਾਰ ਉੱਥੇ ਜਾਲੀ ਬਿੱਲ ਪਾਏ ਗਏ ਕਿ ਤਾਜ਼ਾ ਸਬਜ਼ੀਆਂ ਰੋਜ਼ ਖਰੀਦੀਆਂ ਜਾਂਦੀਆਂ ਨੇ, ਆਟਾ ਇੰਨਾ ਪੱਕਦਾ ਏ, ਚਾਹ ਦਾ ਲੰਗਰ ਇੱਦਾਂ ਲੱਗਦਾ ਏ, ਦੁੱਧ ਇੰਨਾ ਲੱਗਦਾ ਏ, ਠੰਡ ਇੰਨੀ ਲੱਗਦੀ ਏ, ਪੱਤੀ ਇੰਨੀ ਲੱਗਦੀ ਏ, ਲੱਖਾਂ ਰੁਪਈਆਂ ਦੇ ਬੋਗਸ ਬਿੱਲ ਪਾਏ। ਜਦੋਂ ਰੌਲਾ ਪਿਆ ਤਾਂ ਛੋਟੇ ਬੰਦਿਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ, ਤੇ ਜਿਹੜੇ ਧਾਰਮਿਕ ਪਦਵੀਆਂ ਤੇ ਬੈਠੇ ਸੀ, ਜਿਹੜੇ ਅਸਲ ਦੋਸ਼ੀ ਸੀ, ਉਹਨਾਂ ਨੂੰ ਬਚਾ ਲਿਆ ਗਿਆ। ਪਰ ਮੈਂ ਕਹਿਣਾ ਚਾਹੁੰਦਾ ਹੈ ਕਿ ਇੱਕ ਕਪੜੇ ਦੀ ਗੱਲ ਨਹੀਂ, ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਦਾਰੂ ਬੜੀ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਆਉਂਦੇ ਨੇ। ਗੁਰੂ ਦੇ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਪ੍ਰਸ਼ਾਦ ਬੜੀ ਸ਼ਰਧਾ ਨਾਲ ਲੈਂਦੇ ਨੇ, ਪਰ ਇਹਨਾਂ ਲੁਟੇਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਰਾਹੀਂ ਜਾਲੀ ਪਰਚੀਆਂ ਤਿਆਰ ਕਰ ਲਈਆਂ। ਮੈਨੂੰ ਸ਼ਰਮ ਆਉਂਦੀ ਹੈ ਕਹਿ ਕੇ ਕਹਿਣ ਲੱਗਿਆ ਕਿ ਜਾਲੀ ਪਰਚੀਆਂ ਵੱਧ ਛਪਾ ਲਈਆਂ ਤੇ ਅਸਲੀ ਘੱਟ ਛਪਾ ਲਈਆਂ, ਤੇ ਫਿਰ ਉੱਤੋਂ ਤੱਕ ਜਿਹੜੇ ਇਹਨਾਂ ਦੇ ਮਾਲਕ ਨੇ ਉਹਨਾਂ ਤੱਕ ਉਹ ਪੈਸੇ ਜਿਹੜੇ ਵੰਡੇ ਜਾਂਦੇ ਸੀ, ਹਿੱਸੇ ਪੈਂਦੇ ਸੀ, ਜਦੋਂ ਉਹਦਾ ਰੌਲਾ ਪਿਆ ਤੇ ਉਦੋਂ ਵੀ ਇਹਨਾਂ ਛੋਟੇ ਬੰਦਿਆਂ ਦੀ ਬਲੀ ਲੈ ਲਈ ਤੇ ਵੱਡਿਆਂ ਨੂੰ ਬਚਾ ਲਿਆ। ਮੈਂ ਕਹਿੰਦਾ ਇੱਥੇ ਹੀ ਬਸ ਗਈ। ਇਹਨਾਂ ਨੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਵੀ ਰੌਲਾ ਪਿਆ ਸੀ, ਸਾਰੀ ਸਮੁੱਚੀ ਸਿੱਖ ਕੌਮ ਨੂੰ ਪਤਾ ਹੈ ਰੌਲਾ ਪਿਆ ਕਿ ਲੰਗਰ ਵਾਸਤੇ ਘਿਓ ਤੇ ਰਸਮਸਤਾ ਹੋਰ ਜਿਹੜੀਆਂ ਖਰੀਦੀਆਂ ਨੇ ਉਹਨਾਂ ਦੇ ਵਿੱਚ ਵੀ ਕਪੜਾ ਹੋਇਆ। ਇਹਨਾਂ ਨੇ ਰਾਮਦਾਸ ਦੇ ਲੰਗਰ ਦੇ ਵਿੱਚ ਜਿਹੜਾ ਬਾਲਣ ਆ, ਅਸਲੀ ਲੱਕੜ ਜਿਹੜੀ ਚਾਹੀਦੀ ਆ ਬਾਲਣ ਵਾਸਤੇ, ਉਹ ਨਹੀਂ ਲਈ ਤੇ ਫੜ ਹੱਟੀਆਂ ਜਿਹੜੀਆਂ ਨੇ
ਉਹ ਲੈ ਕੇ ਬੜਾ ਵੱਡਾ ਸਕੈਂਡਲ ਕਰ ਲਿਆ। ਇਹਨਾਂ ਨੇ ਕੋਈ ਇੱਕ ਸਕੈਂਡਲ ਨਹੀਂ ਕੀਤੇ, ਇਹ ਸ਼੍ਰੋਮਣੀ ਕਮੇਟੀ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਆ। ਖਾਸ ਕਰਕੇ ਉਦੋਂ ਜਦੋਂ ਬਾਦਲਾਂ ਦੇ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋ ਗਿਆ। ਮੈਨੂੰ ਇਹ ਵੀ ਗੱਲ ਕਹਿਣ ਲੱਗਿਆ ਮਹਿਸੂਸ ਹੁੰਦਾ ਹੈ ਕਿ ਜਿਹੜੇ ਬੜੇ ਗੁਰੂ ਘਰ ਆਉਂਦੇ ਨੇ ਆਪਣੀ ਸ਼ਰਧਾ ਦੇ ਅਨੁਸਾਰ ਗੁਰੂ ਸਾਹਿਬ ਤੇ ਚੰਦੋਆ ਭੇਟ ਕਰਦੇ ਨੇ, ਜਿਹਦੀ ਕੀਮਤ 2 ਲੱਖ ਰੁਪਇਆ ਹੈ। ਉਹ ਚੰਦੋਆ ਜਦੋਂ ਦਰਬਾਰ ਦੇ ਵਿੱਚ ਆਉਂਦਾ ਹੈ ਤਾਂ ਉਹ ਵਾਪਸ ਮੁੜ ਕੇ ਇਹ ਫਿਰ ਉਸੇ ਦੁਕਾਨ ਤੇ ਭੇਜ ਦਿੰਦੇ ਨੇ। ਇੱਕ ਇੱਕ ਵਾਰ ਚੰਦੋਆ ਕਈ ਕਈ ਵਾਰ ਵਿਕ ਜਾਂਦਾ ਹੈ ਤੇ ਬਾਹਰੋਂ ਬਾਹਰ ਇਹ ਆਪਣੀ ਦੁਕਾਨਦਾਰਾਂ ਦੇ ਨਾਲ ਹਿੱਸਾ ਪੱਤੀ ਕਰਕੇ ਪੈਸੇ ਆਪਣੀ ਜੇਬ ਵਿੱਚ ਪਾ ਲੈਂਦੇ ਨੇ। ਔਰ ਜਿਹੜੇ ਸ਼ਰਧਾਲੂ ਜਾ ਕੇ ਕਹਿੰਦੇ ਨੇ ਕਿ ਅਸੀਂ ਚੰਦੋਆ ਸਾਹਿਬ ਚੜਾਉਣਾ ਹੈ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਫਲਾਣੀ ਦੁਕਾਨ ਤੋਂ ਜਾ ਕੇ ਚੰਦੋਆ ਲਿਆਇਓ ਜੇ, ਉਹੀ ਚੰਦੋਆ ਪ੍ਰਵਾਨ ਹੋਏਗਾ, ਹੋਰ ਕਿਸੇ ਦੁਕਾਨ ਦਾ ਚੰਦੋਆ ਪ੍ਰਵਾਨ ਨਹੀਂ ਹੋਵੇਗਾ। ਇਹ ਤੇ ਇਹੋ ਜਿਹੇ ਅੱਡੇ ਇਹਨਾਂ ਨੇ ਬਣਾਏ ਨੇ ਕਿ ਗੁਰੂ ਘਰ ਨੂੰ ਬਖਸ਼ਦੇ ਹੀ ਨਹੀਂ, ਇਹਨਾਂ ਦੇ ਗੁਰੂ ਘਰ ਨੂੰ ਪਿੱਠ ਕੀਤੀ ਹੋਈ ਆ। ਇਹ ਤੇ ਗੁਰੂ ਦੇ ਸਿਧਾਂਤ ਤੋਂ ਛਿੜਕੇ ਪਏ ਨੇ। ਹਾਂਜੀ ਹਾਂਜੀ, ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕੱਪੜਿਆਂ ਦੀ ਮੈਂ ਇੱਕ ਗੱਲ ਕਰਾਂ, ਇਹਨਾਂ ਨੇ ਮੁਕਤਸਰ ਸਾਹਿਬ ਵਿਖੇ ਦੁੱਧ ਦੇ ਕੱਪੜਾ ਵੀ ਇਹਨਾਂ ਦਾ ਰੌਲਾ ਪਿਆ। ਇਹਨਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ। ਉਹ ਅਖੰਡ ਪਾਠ ਸਾਹਿਬ ਜਿਹੜੇ ਬੁੱਕ ਕਰਾਉਂਦੇ ਨੇ, ਜਦੋਂ ਬੁੱਕ ਕਰਦੇ ਨੇ ਉਹਨਾਂ ਦੇ ਨਾਲ 5-5, 7-7 ਜਾਲੀ ਪਾਠ ਬੁੱਕ ਕਰ ਲੈਂਦੇ ਨੇ ਤੇ ਪੈਸੇ ਆਪਣੀ ਜੇਬ ਵਿੱਚ ਪਾ ਲੈਂਦੇ ਨੇ। ਜਦੋਂ ਉਹਦਾ ਰੌਲਾ ਪਿਆ ਤਾਂ ਉਸ ਮੁਲਾਜ਼ਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਉਹ ਇੱਕ 5 ਸਿੰਘ ਸਾਹਿਬਾਨਾਂ ਦੇ ਵਿੱਚੋਂ ਇੱਕ ਸਿੰਘ ਸਾਹਿਬਾਨ ਦਾ ਪਰਿਵਾਰ ਦਾ ਮੈਂਬਰ ਸੀ ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਨੇ ਇਹ ਗੱਲ ਦੱਬ ਦਿੱਤੀ ਕਿ ਜੇ ਜਥੇਦਾਰ ਸਾਹਿਬ ਦੇ ਪਰਿਵਾਰ ਦੇ ਜੀ ਨੂੰ ਅਸੀਂ ਕੋਈ ਐਕਸ਼ਨ ਕੀਤਾ ਤਾਂ ਕੱਲ ਨੂੰ ਉਹਨਾਂ ਨੇ ਸਾਡੇ ਕਹਿਣ ਤੇ ਕੋਈ ਇਹੋ ਜਿਹੇ ਮੁੱਦੇ ਨੇ ਜਿਹਨਾਂ ਤੇ ਅਸੀਂ ਹੁਕਮਨਾਮੇ ਜਾਰੀ ਕਰਾਉਣੇ ਹੁੰਦੇ ਨੇ ਤੇ ਹੋ ਸਕਦਾ ਹੈ ਕੋਈ ਅੜਚਨ ਪੈਦਾ ਹੋ ਜਾਵੇ। ਜਿੱਥੇ ਹਰ ਸਵਾਰਥ ਇਹਨਾਂ ਲੋਕਾਂ ਨੇ ਆਪਣੇ ਅੱਗੇ ਰੱਖਿਆ ਹੋਵੇ ਉੱਥੇ ਦੇਸ਼ ਤੇ ਧਰਮ ਦਾ ਇਹ ਕੀ ਭਲਾ ਲੋਕ ਕਰਨਗੇ। ਇਹ ਵਾਕਿਆ ਜੇ ਗੱਲਾਂ ਸੱਚ ਤੁਸੀਂ ਜਿਸ ਹਿਸਾਬ ਨਾਲ ਦੱਸ ਰਹੇ ਹੋ ਸੱਚ ਹੈ ਤੇ ਵਾਕਿਆ ਬਹੁਤ ਸੀਰੀਅਸ ਗੱਲਾਂ ਹੈਗੀਆਂ, ਪਰ ਇਸ ਤਰ੍ਹਾਂ ਦੇ ਅਸੀਂ ਫੀਡਬੈਕ ਵਿੱਚ ਇਸ ਤਰ੍ਹਾਂ ਦਾ ਹੁੰਦਾ ਆਉਂਦਾ ਰਹਿੰਦਾ ਹੈਗਾ। ਕੁਛ ਬਾਹਰਲੇ ਸਿੱਖ ਵੀ ਦੱਸਦੇ ਹੈਗੇ ਜਾਂ ਕੁਛ ਹੋਰ ਜਗ੍ਹਾ ਤੋਂ ਵੀ ਆਉਂਦਾ ਰਹਿੰਦਾ ਵੀ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਆ। ਹੁਣ ਮੈਨੂੰ ਦੱਸੋ ਤੁਸੀਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਲੈਟਰ ਲਿਖਿਆ ਹੈਗਾ ਉਹਦੇ ਵਿੱਚ ਕਿਹਾ ਹੈਗਾ ਵੀ ਸਰਕਾਰ ਵੱਲੋਂ ਸਿਟਿੰਗ ਜੱਜ ਦੀ ਜਾਂ ਰਿਟਾਇਰਡ ਜੱਜ ਦੀ ਜਾਂਚ ਹੋਵੇ, ਇਹ ਜਿਹੜੇ 328 ਸਰੂਪ ਕਿੱਥੇ ਗਏ ਹੈਗੇ, ਕਿਉਂਕਿ ਸਰੂਪਾਂ ਦਾ ਜਿਹੜਾ ਮਸਲਾ ਹੈਗਾ ਉਹ ਤਾਂ ਪਤਾ ਨੀ ਕਿੱਥੇ ਗਏ ਹੈਗੇ। ਉਹ ਇਨਕੁਆਇਰੀ ਰਿਪੋਰਟ ਉਹਦੇ ਬਾਰੇ ਸ਼ਾਇਦ ਸਾਇਲੈਂਟ ਹੈ, ਉਹਦੀ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭਾਰਤ ਸਾਹਿਬ ਜਿਹੜੇ ਸਰੂਪ ਗਾਇਬ ਹੋਏ ਨੇ ਉਹ ਸਰੂਪ ਉੱਚ ਅਧਿਕਾਰੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਾ ਪਤਾ ਹੈ। ਪਤਾ ਸ਼੍ਰੋਮਣੀ ਤੇ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੂੰ ਵੀ ਪਤਾ ਹੈ, ਪਤਾ ਸਰਦਾਰ ਸਿੰਘ ਬਾਠ ਨੂੰ ਵੀ ਪਤਾ ਹੈ। ਲੇਕਿਨ ਜਦੋਂ ਉਹਨਾਂ ਦੇ ਖਿਲਾਫ ਇਹਨਾਂ ਨੇ ਐਕਸ਼ਨ ਲੈਣ ਦੀ ਗੱਲ ਕੀਤੀ ਤਾਂ ਉਦੋਂ ਉਹਨਾਂ ਨੇ ਧਮਕੀ ਦਿੱਤੀ ਕਿ ਜੇ ਸਾਡਾ ਮੂੰਹ ਖੁੱਲ ਗਿਆ ਤੇ ਅਸੀਂ ਦੱਸਾਂਗੇ ਅਸੀਂ ਦੋਸ਼ੀ ਕੌਣ ਨੇ। ਮੈਂ ਇਹ ਗੱਲ ਤਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਆ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਦੇ ਕੋਲੋਂ ਜਾਂਚ ਕਰਵਾਈ ਜਾਵੇ, ਕਿਉਂਕਿ ਇਹ ਇੱਕ ਸ਼੍ਰੋਮਣੀ ਕਮੇਟੀ ਦਾ ਅਦਾਰਾ ਐਸਾ ਅਦਾਰਾ ਹੈ ਕਿ ਜਿੱਥੇ ਪੰਜਾਬ ਸਰਕਾਰ ਉੱਥੇ ਜਾਂਚ ਨਹੀਂ ਕਰਵਾ ਸਕਦੀ, ਉੱਥੇ ਵਿਜੀਲੈਂਸ ਵੀ ਜਾਂਚ ਨਹੀਂ ਕਰ ਸਕਦੀ। ਇਸ ਕਰਕੇ ਹਾਈ ਕੋਰਟ ਦੇ ਜੱਜ ਕੋਲੋਂ ਜੇ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਲਿਖੇਗੀ ਤਾਂ ਹਾਈ ਕੋਰਟ ਦਾ ਜੱਜ ਸਿਟਿੰਗ ਜੱਜ ਜਾਂਚ ਕਰਵਾ ਸਕਦਾ ਹੈ। ਜਦੋਂ ਜਾਂਚ ਹੋਏਗੀ ਤਾਂ ਉਦੋਂ ਸਾਰੀਆਂ ਪਰਤਾਂ ਖੁੱਲਣਗੀਆਂ, ਉਦੋਂ ਲੋਕ ਪ੍ਰਕਾਸ਼ ਸਿੰਘ ਬਾਦਲ ਵੱਲ ਵੇਖਣਗੇ, ਉਦੋਂ ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਲੜਕੇ ਸੁਖਬੀਰ ਬਾਦਲ ਵੱਲ ਵੇਖਣਗੇ ਕਿ ਇਹਨਾਂ ਦਾ ਪੰਥਕ ਲਿਬਾਸ
ਇਹਨਾਂ ਦਾ ਪੰਥਕ ਚਿਹਰਾ ਜਦੋਂ ਲੋਕਾਂ ਦੇ ਵਿੱਚ ਨੰਗਾ ਹੋ ਗਿਆ, ਜਦੋਂ ਲੋਕਾਂ ਚ ਨੰਗਾ ਹੋ ਗਿਆ, ਲੋਕ ਉਦੋਂ ਫਟਕਾਰਨਗੇ ਭਾਵੇਂ ਲੋਕਾਂ ਨੇ ਇਹਨਾਂ ਨੂੰ ਪਿੱਠ ਕਰ ਲਈਆ, ਇਹਨਾਂ ਤੋਂ ਮੂੰਹ ਮੋੜ ਲਿਆ। ਉਸ ਵਕਤ ਹੀ ਮੋੜ ਲਿਆ ਸੀ ਜਦੋਂ ਬਹਿਬਲ ਕਲਾਂ ਦੇ ਵਿੱਚ ਕਾਂਡ ਵਾਪਰਿਆ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਜਦੋਂ ਰੋਸ ਪ੍ਰਗਟ ਕਰ ਰਹੇ ਦੋ ਸਿੱਖ ਨੌਜਵਾਨਾਂ ਨੂੰ ਇਸ ਬਾਦਲ ਦੀ ਅਖੌਤੀ ਪੰਥਕ ਸਰਕਾਰ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਪੁੰਨ ਦਿੱਤਾ ਸੀ। ਸਮੁੱਚੀ ਸਿੱਖ ਕੌਮ ਨੇ ਬਾਦਲਾਂ ਦੇ ਪਰਿਵਾਰ ਤੋਂ, ਅਕਾਲੀ ਦਲ ਬਾਦਲ ਦੇ ਪਰਿਵਾਰ ਤੋਂ ਆਪਣਾ ਮੂੰਹ ਜਿਹੜਾ ਮੋੜ ਲਿਆ ਸੀ। ਇਹ ਮਤ ਸੋਚਣ ਕਿ ਅਸੀਂ ਸਿੱਖ ਕੌਮ ਨੂੰ ਹੁਣ ਵਾਰ ਵਾਰ ਗੁੰਮਰਾਹ ਕਰਦੇ ਜਾਵਾਂਗੇ। ਸਿੱਖ ਕੌਮ ਜਾਗਰਤ ਹੋ ਚੁੱਕੀ ਆ। ਸਿੱਖ ਕੌਮ ਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੱਤਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੈਂਟ ਖਿੱਚ ਦਿਓ ਥੱਲੇ ਨਿੱਕਰ ਨਿਕਲੇਗੀ। ਇਹ ਸੱਚਮੁੱਚ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿਖਾਇਆ ਕਿ ਸਾਰੀ ਸਿੱਖ ਕੌਮ ਨੂੰ ਆਰ ਐਸ ਐਸ ਅੱਗੇ ਗਹਿਣੇ ਪਾ ਦਿੱਤਾ ਸਿਰਫ ਆਪਣੀ ਸਦਾ ਦੀ ਭੁੱਖ ਵਾਸਤੇ। ਅੱਛਾ, ਇੱਕ ਦੋ ਗੱਲਾਂ ਹੋਰ ਦੱਸੋ, ਤੁਹਾਡੀ ਡਾਕਟਰ ਰੂਪ ਸਿੰਘ ਨਾਲ ਗੱਲਬਾਤ ਹੋਈ ਆ? ਜਿਸ ਹਿਸਾਬ ਨਾਲ ਤੁਸੀਂ ਰੂਪ ਸਿੰਘ ਦਾ ਇੱਕ ਵਾਰੀ ਮੈਂਸ਼ਨ ਕੀਤਾ ਕਿ ਜਾਂ ਸੁਣੀ ਸੁਣਾਈ ਗੱਲ ਕਰਦੇ ਹੋ, ਇਹ ਜਿਹੜੀ ਜਾਂ ਕਿਸੇ ਨਾਲ ਡਾਕਟਰ ਰੂਪ ਸਿੰਘ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ, ਹਾਂਜੀ, ਉਸ ਅਸਤੀਫੇ ਨੂੰ ਮੈਂ ਪੜ੍ਹਿਆ ਹੈ। ਉਹਨਾਂ ਨੇ ਬਿਲਕੁਲ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ। ਜੇ ਉਸ ਚੇਤਾਵਨੀ ਦੇ ਵਿੱਚੋਂ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰੂ ਗੋਬਿੰਦ ਸਿੰਘ ਲੌਂਗੋਵਾਲ, ਇਹ ਸਾਰੇ ਕਸੂਰਵਾਰ ਨੇ, ਇਹ ਲੋਕ ਦੋਸ਼ੀ ਨੇ, ਇਹ ਹੁਣ ਪ੍ਰੈਸ਼ਰ ਪਾਉਣਗੇ, ਆਪਣਾ ਪੋਲੀਟੀਕਲ ਪ੍ਰਭਾਵ ਵੀ ਪਾਉਣਗੇ, ਇਹ ਉਹਨਾਂ ਨੂੰ ਧਮਕੀਆਂ ਵੀ ਦੇਣਗੇ, ਇਹ ਉਹਨਾਂ ਨੂੰ ਲਾਲਚ ਵੀ ਦੇਣਗੇ ਕਿ ਉਹ ਕਿਤੇ ਸਾਡੇ ਪਰਦੇ ਫਾਸ਼ ਨਾ ਕਰ ਦੇਣ। ਲੇਕਿਨ ਸਿੰਘ ਗੁਰੂ ਨਾਨਕ ਦਾ ਸਿੱਖ ਹੈ, ਨਾਨਕ ਨਾਮ ਲੇਵਾ ਸਿੱਖ ਹੈ, ਤੇ ਉਹਨਾਂ ਨੂੰ ਨਿਤੜਕ ਹੋ ਕੇ ਇਹਨਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਸਿੱਖ ਕੌਮ ਦੇ ਅੱਗੇ ਨੰਗੀਆਂ ਕਰਨੀਆਂ ਚਾਹੀਦੀਆਂ ਨੇ। ਹਾਂਜੀ, ਨਹੀਂ ਪਰ ਜੇ ਜਦੋਂ ਰੂਪ ਸਿੰਘ ਜਾਂ ਹੋਰ ਅਧਿਕਾਰੀ ਨੌਕਰੀ ਵਿੱਚ ਸੀ, ਜੇ ਉਦੋਂ ਕੋਈ ਮੇਜਰ ਰੈਗੂਲਰਿਟੀ ਹੁੰਦੀ ਆ, ਉਦੋਂ ਵੀ ਇਹਨਾਂ ਦਾ ਫਰਜ਼ ਬਣਦਾ ਸੀ ਕੋਈ ਗਲਤ ਕੰਮ ਨਾ ਕਰਦੇ। ਜੇ ਇਹਨਾਂ ਦੇ ਨੋਟਿਸ ਵਿੱਚ ਆਇਆ ਤਾਂ ਉਹਦਾ ਇਹ ਕੁਛ ਆਪਣੀ ਹਾਇਰ ਅਥਾਰਟੀ ਨੂੰ ਦੱਸਦੇ ਜਾਂ ਹੋਰ ਕਿਤੇ ਦੱਸਦੇ, ਇਹ ਇਹਦੇ ਬਾਰੇ ਕਿਉਂ ਉਦੋਂ ਸਾਇਲੈਂਟ ਰਹੇ ਹੈਗੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਇਹਦੇ ਬਾਰੇ ਤੇ ਡਾਕਟਰ ਰੂਪ ਸਿੰਘ ਤੇ ਮਨਜੀਤ ਸਿੰਘ ਬਾਠ ਹੀ ਸਾਫ਼ ਤੇ ਸਪਸ਼ਟ ਦੱਸ ਸਕਦੇ ਨੇ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹਮੇਸ਼ਾ ਜਦੋਂ ਦਾ ਬਾਦਲਾਂ ਦਾ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਇਆ ਹੈ, ਉਹਨਾਂ ਹਮੇਸ਼ਾ ਹਰ ਇੱਕ ਉੱਚ ਅਧਿਕਾਰੀ ਨੂੰ ਡਰਾ ਕੇ ਰੱਖਿਆ ਹੈ। ਇੱਥੋਂ ਤੱਕ ਕਿ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੰਨੀ ਵੀ ਹਿੰਮਤ ਨਹੀਂ ਹੈਗੀ ਕਿ ਸੁਖਬੀਰ ਬਾਦਲ ਤੋਂ ਬਗੈਰ ਕਿਸੇ ਉੱਚ ਅਧਿਕਾਰੀ ਦੀ ਬਦਲੀ ਤੱਕ ਵੀ ਕਰ ਦੇਵੇ। ਜਿਹੜਾ ਵੀ ਕੰਮ ਲੌਂਗੋਵਾਲ ਨੇ ਕਰਨਾ ਹੈ, ਉਹ ਸੁਖਬੀਰ ਬਾਦਲ ਦੇ ਕੋਲੋਂ ਪ੍ਰਵਾਨਗੀ ਲੈ ਕੇ ਕਰਨਾ ਹੈ। ਜਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੰਨਾ ਵੱਡਾ ਚਾਪਲੂਸ ਹੋਏਗਾ, ਆਪਣੇ ਹਿੱਤਾਂ ਲਈ ਆਪਣੀ ਜ਼ਮੀਰ ਮਾਰ ਦੇਵੇਗਾ, ਉੱਥੇ ਉਹਦੇ ਅਧਿਕਾਰੀਆਂ ਤੇ ਇਹ ਆਸ ਕਿਉਂ ਰੱਖਦੇ ਆ ਕਿ ਉਹ ਸੱਚ ਕਿਉਂ ਨਹੀਂ ਬੋਲਿਆ ਨੌਕਰੀ ਦੇ ਦੌਰਾਨ? ਉਹ ਸੱਚ ਕਿੱਦਾਂ ਬੋਲਦੇ ਜਦੋਂ ਉਹਨਾਂ ਦਾ ਪ੍ਰਧਾਨ ਹੀ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ, ਉਹਦੇ ਹੁਕਮ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ, ਮੁਲਾਜ਼ਮ ਕੋਈ ਵੀ ਇਸ ਕਰਕੇ ਜੁਰਤ ਨਹੀਂ ਕਰਦਾ ਕਿ ਸੁਖਬੀਰ ਬਾਦਲ ਦਾ ਸ਼੍ਰੋਮਣੀ ਕਮੇਟੀ ਤੇ ਪੂਰੀ ਤਰ੍ਹਾਂ ਕਬਜ਼ਾ ਹੈ, ਔਰ ਉਹਦੇ ਤੋਂ ਬਗੈਰ ਨੌਕਰੀ ਵੀ ਨਹੀਂ ਕੋਈ ਕਰ ਸਕਦਾ, ਉਹਦੇ ਤੋਂ ਬਗੈਰ ਕਿਸੇ ਪੋਸਟ ਤੇ ਵੀ ਨਹੀਂ ਲੱਗ ਸਕਦਾ। ਇੰਨਾ ਵੱਡਾ ਇਹਨਾਂ ਦੇ ਵਿੱਚ ਧਾਲਾ ਮਾਲਾ ਹੈ। ਮੈਂ ਤੁਹਾਨੂੰ ਇੱਕ ਗੱਲ ਪਾਰਨ ਸਾਹਿਬ ਦੱਸ ਦਿਆਂ ਕਿ ਇਹ ਸ਼੍ਰੋਮਣੀ ਕਮੇਟੀ ਦੀ ਗੋਲਕ ਦੇ ਨਾਲ ਇਹਦੇ ਇਲੈਕਸ਼ਨਾਂ ਤੱਕ ਲੜਦੇ ਨੇ। ਇਹ ਤੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੇ, ਚਾਹੇ ਕੋਈ ਵਿਧਾਨ ਸਭਾ ਦੀ ਇਲੈਕਸ਼ਨ ਲੜੇ, ਇਹ ਗੁਰਦੀ ਗੋਲਕ ਦੇ ਵਿੱਚੋਂ ਇਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਫੰਡ ਜਾਂਦੇ ਨੇ। ਮੇਰੇ ਕੋਲ ਸਬੂਤ ਨੇ, ਜੇ ਸੁਖਬੀਰ ਬਾਦਲ ਚੈਲੰਜ ਕਰੇ, ਮੇਰਾ ਚੈਲੰਜ ਪ੍ਰਵਾਨ ਕਰੇ, ਤਾਂ ਮੈਂ ਸਬੂਤ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗਾ ਕਿ ਇਹ ਲੋਕ ਗੁਰੂ ਘਰ ਦੇ ਦੋਖੀ ਨੇ, ਇਹ ਲੋਕ ਗੁਰੂ ਘਰ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ ਹੈ। ਇਹਨਾਂ ਲੋਕਾਂ ਦੇ ਵਿੱਚ
पंथ कोई गल नहीं, इन्हों का सिर्फ ते सिर्फ पंथक लिबास है लोगों नूं गुमराह करन वास्ते। एक मैनूं होर गल दसो बसके जी, अज जस्टिस जीत सिंह बैंस उन्हां दी एक ह्यूमन राइट्स ऑर्गेनाइजेशन आ, उन्होंने भी कुछ इहदे बारे बड़ी डिटेल्ड खबर सी दो तीन पेपर विच। उन्होंने कहा भी जे 3-4 साल तो इस तरह की वेरिएशन हो रही हैगी आ, जिहड़े एग्जैक्टिव कमेटी के सीनियर मैंबर हैगे आ उन्होंने नोटिस विच होनी चाहीदी सी, प्रधान दे नोटिस विच, पे ओह उदों क्यों चुप रहे हैगे, ओह भी प्रैशर थले चुप रहे, इहदे बारे की विचार है तुहाडा? श्रोमणी कमेटी दे इनवॉल्वमेंट हो सकती हैगी सीनियर मैंबरां दी? श्रोमणी कमेटी दे जिहड़े एग्जैक्टिव मैंबर ने ਉਹਨਾਂ ਨੂੰ ਇਹ ਸਾਰੇ ਕਾਲੇ ਕਿੱਥੇ ਦਾ ਪਤਾ ਸੀ, ਪਰ ਉਹਨਾਂ ਦੇ ਵਿੱਚ ਕੋਈ ਹਿੰਮਤ ਨਹੀਂ ਹੈਗੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਦੇ ਅਨੁਸਾਰ ਉਹ ਆਵਾਜ਼ ਬੁਲੰਦ ਕਰ ਸਕਣ, ਉਹ ਸਿੱਖ ਕੌਮ ਨੂੰ ਹੋਰ ਬੇਨਿਦਮੀਆਂ ਦੇ ਬਾਰੇ ਦੱਸ ਸਕਣ। ਉਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਦੇ ਮੈਂਬਰ ਬਣੇ ਨੇ ਉਹ ਸੁਖਬੀਰ ਬਾਦਲ ਨੇ ਬਣਾਏ ਨੇ, ਉਹ ਕਿਸੇ ਹੋਰ ਨੇ ਨਹੀਂ ਬਣਾਏ, ਉਹ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਸ਼੍ਰੋਮਣੀ ਕਮੇਟੀ ਚ ਕੰਮ ਕਰਦੇ ਨੇ, ਉਹ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਜੋ ਵੀ ਹੈ ਬੋਲਦੇ ਨੇ, ਉਹ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਜੋ ਸੁਖਬੀਰ ਬਾਦਲ ਕਹਿੰਦਾ ਹੈ ਉਹੀ ਕੰਮ ਕਰਦੇ ਨੇ। ਐਗਜੈਕਟਿਵ ਦਾ ਕੋਈ ਵੀ ਮੈਂਬਰ ਮੈਨੂੰ ਬਾਹ ਖੜੀ ਕਰਕੇ ਦੱਸੇ ਕਿ ਮੈਂ ਆਪਣੀ ਜ਼ਮੀਰ ਦੀ ਆਵਾਜ਼ ਦੇ ਅਨੁਸਾਰ ਇੱਥੇ ਸੱਚ ਬੋਲਿਆ ਹੈ, ਕਿਸੇ ਨੇ ਕਦੀ ਸੱਚ ਨਹੀਂ ਬੋਲਿਆ। ਇਹ ਹਮੇਸ਼ਾ ਸੁਖਬੀਰ ਬਾਦਲ ਦੇ ਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਪਿੱਠੂ ਬਣ ਕੇ ਸ਼੍ਰੋਮਣੀ ਕਮੇਟੀ ਦੇ ਲੁੱਟ ਰਹੇ ਨੇ, ਉਹ ਕਸੁੱਟ ਕਰ ਰਹੇ ਨੇ। ਇਹਨਾਂ ਦੇ ਵਿੱਚ ਪੰਥਕਵਾਦ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਇਹ ਹਮੇਸ਼ਾ ਹੀ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਇਹ ਗੁੰਮਰਾਹ ਕਰਦੇ ਆਏ ਨੇ। ਇਹ ਬਾਦਲਾਂ ਦਾ ਕਬਜ਼ਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਉਹਨਾਂ ਦੇ ਸਾਥੀਆਂ ਦਾ, ਇਹ ਸਾਰੇ ਲੁਟੇਰਿਆਂ ਦਾ ਕੰਮ ਕਰਦੇ ਨੇ। ਗੁਰੂ ਦਾ ਇਹਨਾਂ ਦੇ ਮਨ ਵਿੱਚ ਕੋਈ ਪੈ ਨਹੀਂ ਹੈਗਾ, ਜੇ ਗੁਰੂ ਦਾ ਪੈ ਹੁੰਦਾ ਤਾਂ ਇੱਥੋਂ ਤੱਕ ਇੰਨੀ ਗਿਰਾਵਟ ਨਾ ਆਉਂਦੀ ਕਿ ਆਪਣੇ ਗੁਰੂ ਨੂੰ ਹੀ ਪੈਸਿਆਂ ਦੀ ਖਾਤਰ ਵੇਚ ਆਉਂਦੇ ਜਾ ਕੇ। ਮੈਨੂੰ ਤੇ ਇਹ ਗੱਲ ਕਹਿੰਦਾ ਮਹਿਸੂਸ ਹੁੰਦਾ ਹੈ, ਸ਼ਰਮ ਨਾਲ ਸਿਰ ਚੁੱਕਦਾ ਹੈ ਕਿ ਸਿੱਖ ਕੌਮ ਏਡੀ ਬਹਾਦਰ ਕੌਮ, ਏਡੀ ਸਮਾਜ ਸੇਵਕ ਕੌਮ, ਏਡੀ ਦੁਖਿਆਰਿਆਂ ਦੀ ਮਦਦ ਕਰਨ ਵਾਲੀ ਕੌਮ ਅੱਜ ਕਿਹੜੇ ਰਾਹ ਤੁਰ ਪਈ ਹੈ। ਇਹਦੇ ਲਈ ਸਾਰੇ ਦੋਸ਼ੀ ਜਿਹੜੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਪਰਿਵਾਰ ਦੋਸ਼ੀ ਹੈ। ਅੱਛਾ ਇੱਕ ਲਾਸਟ ਗੱਲ ਮੈਨੂੰ ਦੱਸਿਓ, ਇਹ ਵੀ ਕੁਛ ਜਿਹੜੀ ਰਿਪੋਰਟਿੰਗ ਆਈ ਹੈਗੀ ਵੀ ਹੋ ਸਕਦਾ ਇਹ ਜਿਹੜੇ ਸਰੂਪ ਕੁਛ ਡੇਰਿਆਂ ਤੇ ਵੀ ਚਲੇ ਗਏ ਹੋਣ ਜਾਂ ਪਹੁੰਚਾ ਦਿੱਤੇ ਹੋਣ ਇਹ ਪਿਛਲੀਆਂ ਜਦੋਂ ਇਲੈਕਸ਼ਨ ਮੈਨੀਪੁਲੇਟ ਕਰਨ ਲਈ, ਇਸ ਗੱਲ 'ਚ ਸੱਚਾਈ ਹੋ ਸਕਦੀ ਹੈਗੀ? ਦੇਖੋ ਜੀ, ਸਾਰੀ ਦੁਨੀਆਂ ਨੂੰ ਪਤਾ ਉਹ ਗੱਲ ਨੰਗੀ ਹੋ ਗਈ ਜਦੋਂ ਸੁਖਬੀਰ ਬਾਦਲ ਹੋਣਾ ਨੇ ਆਪਣੀ ਸਦਾ ਦੀ ਭੁੱਖ ਨੂੰ ਮਿਟਾਉਣ ਵਾਸਤੇ ਕਹਿੰਦੇ ਨੇ ਮੋਹਾਲੀ ਦੇ ਵਿੱਚੋਂ ਉਹ ਲਿਬਾਸ ਤਿਆਰ ਕਰਵਾ ਕੇ ਰਾਮ ਰਹੀਮ ਨੂੰ ਭੇਜਿਆ ਸੀ, ਉਹਨਾਂ ਨੇ ਸੁਖਬੀਰ ਬਾਦਲ ਹੋਣਾ ਨੇ ਹੀ ਰਾਮ ਰਹੀਮ ਨੂੰ ਇਹ ਗਾਈਡਲਾਈਨ ਦਿੱਤੀ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਛਕਾ ਸਕਦਾ ਹੈ ਤਾਂ ਤੁਸੀਂ ਵੀ ਆਪਣਾ ਅੰਮ੍ਰਿਤ ਤਿਆਰ ਕਰਕੇ ਛਕਾਓ, ਅਸੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ। ਇਹਨਾਂ ਨੇ ਰਾਮ ਰਹੀਮ ਉਹ ਸੱਚੇ ਸੌਦੇ ਵਾਲਿਆਂ ਦੀਆਂ ਵੋਟਾਂ ਲੈਣ ਦੀ ਖਾਤਰ ਇਹਨਾਂ ਨੇ ਗੁਰੂ ਸਾਹਿਬ ਦਾ ਸਾਂਗ ਰਚਾ ਦਿੱਤਾ, ਇਹਦੇ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਭਾਵੇਂ ਸਿੱਖ ਕੌਮ ਗਿਰਵੀ ਰੱਖਣੀ ਪੈ ਜਾਵੇ, ਭਾਵੇਂ ਇਹਨਾਂ ਨੂੰ ਗੁਰੂ ਆਪਣਾ ਗਿਰਵੀ ਰੱਖਣਾ ਪੈ ਜਾਵੇ, ਇਹਨਾਂ ਦੀ ਤਾਂ ਜ਼ਮੀਰ ਮਰ ਚੁੱਕੀ ਹੈ। ਇਹਨਾਂ ਵਿੱਚ ਪੰਥਕ ਨਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਸਮੁੱਚੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਹੈ ਕਿ ਬਾਦਲਾਂ ਨੇ ਸਿੱਖੀ ਵੇਚ ਦਿੱਤੀ, ਬਾਦਲਾਂ ਨੇ ਸਿੱਖੀ ਆਰਐਸਐਸ ਅੱਗੇ ਕਿਹਨੇ ਪਾ ਦਿੱਤੀ। ਮੈਂ ਕਹਿੰਦਾ ਪੰਥ ਦਾ ਵਾਸਤਾ ਜੇ ਸਮੁੱਚੀ ਸਿੱਖ ਕੌਮ ਨੂੰ ਕਹਿੰਦਾ ਹੈ ਕਿ ਉਹ ਬਾਦਲਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਾਵੇ, ਜਿਹੜੀ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਹੈ, ਜਿਹੜੀ ਕਿ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦੀ ਹੈ। ਅੱਜ ਇਹਨਾਂ ਮਸੰਦਾਂ ਦੇ ਹੱਥ ਵਿੱਚ ਆ ਗਈ ਹੈ, ਇਹ ਜਿੱਥੇ
अंग्रेजा दे वेले देश गुलाम सी जदों ते अंग्रेजा दे पिछुआ मंत्रां दे कोलों सिखां ने गुरुद्वारे आजाद कराए सी ए भी ओही मंत्र ने इन्हां कोलों भी गुरुद्वारे आजाद कराउण लई समुची सिख कौम नूं एक मुठ हो के अगे आना चाहीदा है ताकि सिखी का झंडा बुलंद रहे। एक प्रकाश सिंह बादल ते उसके परिवार ने सिखी का मैं समझता है कि झंडा नीवा कर दिता है। वो पंथ दे वारसो पंथ नूं पहुंचा लवो इन्हां तो पंथ का खेड़ा छुड़ा दिओ। हाँ जी चलो तुसीं अपने वालों लॉजिक नाल गल्लां इहो दसियां हैगियां इहदे विचों कुछ लॉजिकली सही भी लगदियां हैगियां बाकी इनवैसटीगेशन का मसला हैगा किन्ने परसेंट इहो साबित हुंदियां जां सच हुंदियां हैगियां। फिर भी साडा परपज हैगा लोकां च अवेयरनैस पैदा करना ये जिहड़े 328 रूप है उहनां दा जरूर पता लगना चाहीदा हैगा सिख कौम नूं वी उह किथे गए किवें गए हैगे आ जे सही जगह सही मर्यादा विच नहीं हैगे वो वापस जिहड़े हैगे आ उहनां सरूपां नूं श्रोमणी कमेटी कोल फिर लिजाया जा सके। जुड़े है बहुत बहुत मेहरबानी गांव भी अभी कभी कभी इकट्ठे होवे धन्यवाद थैंक यू वेरी मच थैंक यू थैंक यू।